ਮੌਤ ਕਦੋਂ ਅਤੇ ਕਿੱਥੇ ਆ ਜਾਵੇ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਦੱਸ ਦਈਏ ਕਿ ਇੱਕ ਮੁੰਡਾ ਜੋ ਕਿ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਗਿਆ ਸੀ, ਹਾਲੇ ਆਪਣਾ ਬੈਗ ਪਾ ਕੇ ਕਲਾਸ ਵੱਲ ਵੱਧ ਹੀ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਉਸਨੂੰ ਹਾਰਟ ਅਟੈਕ ਆ ਜਾਂਦਾ ਅਤੇ ਸਕੂਲ ਦੀ ਗੈਲਰੀ ਦੇ ਵਿੱਚ ਹੀ ਉਹ ਮੁੱਦਾ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਸੀਸੀਟੀਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੀ ਗੈਲਰੀ 'ਚ ਇੱਕ ਮੁੰਡਾ ਆਪਣੀ ਪਿੱਠ 'ਤੇ ਬੈਗ ਪਾ ਕੇ ਜਾ ਰਿਹਾ ਅਤੇ ਠੀਕ ਉਸਦੇ ਅੱਗੇ ਅੱਗੇ ਇੱਕ ਲੜਕੀ ਚੱਲਦੀ ਨਜ਼ਰ ਆ ਰਹੀ ਹੈ। ਪਰ ਅਚਾਨਕ ਹੀ ਇਹ ਮੁੰਡਾ ਜ਼ਮੀਨ ਦੇ ਉੱਤੇ ਜਦੋਂ ਮੁੱਦਾ ਡਿੱਗਦਾ ਹੈ ਤਾਂ ਉਹ ਲੜਕੀ ਅਤੇ ਸਕੂਲ ਦੇ ਵਿੱਚ ਬੈਠਾ ਇੱਕ ਇਹ ਸ਼ਖਸ ਮੌਕੇ ਦੇ ਉੱਤੇ ਭੱਜਦੇ ਨੇ ਅਤੇ ਉਸਨੂੰ ਜਦੋਂ ਚੁੱਕਦੇ ਨੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ, ਜਿੱਥੇ ਜਾ ਕੇ ਕਿਹਾ ਜਾ ਰਿਹਾ ਕਿ ਉਸਦੀ ਮੌਤ ਹੋ ਗਈ। ਹਾਲਾਂਕਿ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ। ਤਾਂ ਖਬਰ ਰਾਜਸਥਾਨ ਦੇ ਦੌਸਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਮੁੰਡੇ ਦੀ ਸਕੂਲ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। 5 ਜੁਲਾਈ ਨੂੰ ਕਿਹਾ ਜਾ ਰਿਹਾ ਕਿ ਉਸਨੇ ਆਪਣਾ ਜਨਮ ਦਿਨ ਮਨਾਇਆ ਸੀ ਅਤੇ 6 ਜੁਲਾਈ ਨੂੰ ਜਿਵੇਂ ਹੀ ਉਹ ਸਕੂਲ ਦੇ ਵਿੱਚ ਗਿਆ, ਸਕੂਲ 'ਚ ਐਂਟਰ ਹੋਇਆ ਅਤੇ ਜਿਵੇਂ ਹੀ ਗੈਲਰੀ ਦੇ ਵਿੱਚ ਉਹ ਰਸਤੇ 'ਚ ਜਾ ਰਿਹਾ ਸੀ ਆਪਣੀ ਕਲਾਸ ਰੂਮ ਦੇ ਵੱਲ ਜਾਣ ਦੇ ਲਈ, ਤਾਂ ਉੱਥੇ ਹੀ ਉਸਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। ਤਾਂ 16 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ। ਯਤਿੰਦਰ ਉਪਾਧਿਆ ਇਸਦਾ ਨਾਮ ਹੈ ਅਤੇ 10ਵੀਂ ਦਾ ਇਹ ਵਿਦਿਆਰਥੀ ਦੱਸਿਆ ਜਾ ਰਿਹਾ। ਹਾਲਾਂਕਿ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਮੁੰਡਾ ਹਾਰਟ ਦੀ ਬਿਮਾਰੀ ਦੇ ਨਾਲ ਪੀੜਿਤ ਸੀ ਅਤੇ ਇਸਦਾ ਇਲਾਜ ਚੱਲ ਰਿਹਾ ਸੀ। 5 ਜੁਲਾਈ ਨੂੰ ਜਿਵੇਂ ਹੀ ਇਹ ਆਪਣਾ ਜਨਮ ਦਿਨ ਮਨਾ ਕੇ ਸਕੂਲ ਦੇ ਵਿੱਚ ਪਹੁੰਚਦਾ ਹੈ 6 ਤਰੀਕ ਨੂੰ, ਅਤੇ 6 ਦੀ ਸਵੇਰੇ ਹੀ ਜਾਂਦੇ ਸਾਰ ਇਸਦੀ ਮੌਤ ਹੋ ਜਾਂਦੀ ਹੈ। ਅਤੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਘਰ ਦਾ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਇਹ, ਜਿਸਦੀ ਕਿ ਸਕੂਲ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ। ਮੌਤ ਕਦੋਂ ਅਤੇ ਕਿੱਥੇ ਆ ਜਾਵੇ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਦੱਸ ਦਈਏ ਕਿ ਇੱਕ ਮੁੰਡਾ ਜੋ ਕਿ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਗਿਆ ਸੀ, ਹਾਲੇ ਆਪਣਾ ਬੈਗ ਪਾ ਕੇ ਕਲਾਸ ਵੱਲ ਵੱਧ ਹੀ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਉਸਨੂੰ ਹਾਰਟ ਅਟੈਕ ਆ ਜਾਂਦਾ ਹੈ ਅਤੇ ਸਕੂਲ ਦੀ ਗੈਲਰੀ ਦੇ ਵਿੱਚ ਹੀ ਉਹ ਮੁੱਦਾ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਸੀਸੀਟੀਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੀ ਗੈਲਰੀ 'ਚ ਇੱਕ ਮੁੰਡਾ ਆਪਣੀ ਪਿੱਠ 'ਤੇ ਬੈਗ ਪਾ ਕੇ ਜਾ ਰਿਹਾ ਅਤੇ ਠੀਕ ਉਸਦੇ ਅੱਗੇ ਅੱਗੇ ਇੱਕ ਲੜਕੀ ਚੱਲਦੀ ਨਜ਼ਰ ਆ ਰਹੀ ਹੈ। ਪਰ ਅਚਾਨਕ ਹੀ ਇਹ ਮੁੰਡਾ ਜ਼ਮੀਨ ਦੇ ਉੱਤੇ ਜਦੋਂ ਮੁੱਦਾ ਡਿੱਗਦਾ ਹੈ ਤਾਂ ਉਹ ਲੜਕੀ ਅਤੇ ਸਕੂਲ ਦੇ ਵਿੱਚ ਬੈਠਾ ਇੱਕ ਇਹ ਸ਼ਖਸ ਮੌਕੇ ਦੇ ਉੱਤੇ ਭੱਜਦੇ ਨੇ ਅਤੇ ਉਸਨੂੰ ਜਦੋਂ ਚੁੱਕਦੇ ਨੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ, ਜਿੱਥੇ ਜਾ ਕੇ ਕਿਹਾ ਜਾ ਰਿਹਾ ਕਿ ਉਸਦੀ ਮੌਤ ਹੋ ਗਈ। ਹਾਲਾਂਕਿ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ। ਤਾਂ ਖਬਰ ਰਾਜਸਥਾਨ ਦੇ ਦੌਸਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਮੁੰਡੇ ਦੀ ਸਕੂਲ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। 5 ਜੁਲਾਈ ਨੂੰ ਕਿਹਾ ਜਾ ਰਿਹਾ ਕਿ ਉਸਨੇ ਆਪਣਾ ਜਨਮ ਦਿਨ ਮਨਾਇਆ ਸੀ ਅਤੇ 6 ਜੁਲਾਈ ਨੂੰ ਜਿਵੇਂ ਹੀ ਉਹ ਸਕੂਲ ਦੇ ਵਿੱਚ ਗਿਆ, ਸਕੂਲ 'ਚ ਐਂਟਰ ਹੋਇਆ ਅਤੇ ਜਿਵੇਂ ਹੀ ਗੈਲਰੀ ਦੇ ਵਿੱਚ ਉਹ ਰਸਤੇ 'ਚ ਜਾ ਰਿਹਾ ਸੀ ਆਪਣੀ ਕਲਾਸ ਰੂਮ ਦੇ ਵੱਲ ਜਾਣ ਦੇ ਲਈ, ਤਾਂ ਉੱਥੇ ਹੀ ਉਸਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। ਤਾਂ 16 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ। ਯਤਿੰਦਰ ਉਪਾਧਿਆ ਇਸਦਾ ਨਾਮ ਹੈ ਅਤੇ 10ਵੀਂ ਦਾ ਇਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਮੁੰਡਾ ਹਾਰਟ ਦੀ ਬਿਮਾਰੀ ਦੇ ਨਾਲ ਪੀੜਿਤ ਸੀ ਅਤੇ ਇਸਦਾ ਇਲਾਜ ਚੱਲ ਰਿਹਾ ਸੀ। 5 ਜੁਲਾਈ ਨੂੰ ਜਿਵੇਂ ਹੀ ਇਹ ਆਪਣਾ ਜਨਮ ਦਿਨ ਮਨਾ ਕੇ ਸਕੂਲ ਦੇ ਵਿੱਚ ਪਹੁੰਚਦਾ ਹੈ 6 ਤਰੀਕ ਨੂੰ, ਅਤੇ 6 ਦੀ ਸਵੇਰੇ ਹੀ ਜਾਂਦੇ ਸਾਰ ਇਸਦੀ ਮੌਤ ਹੋ ਜਾਂਦੀ ਹੈ। ਅਤੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਘਰ ਦਾ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਇਹ, ਜਿਸਦੀ ਕਿ ਸਕੂਲ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ।